सत श्रीकाल जी, मैं ਤੁਹਾਡਾ ਆਪਣਾ ਤੁਹਾਨੂੰ ਡੀਡੀਪੀ ਤੋਂ ਦੇਖ ਰਹੇ ਹੋ ਜੀ। ਮੇਰਾ ਅੱਜ ਦਾ ਵਲੌਗ ਬਲੌਗ ਤੇ ਅੱਜ ਦੇ ਵਲੌਗ 'ਚ ਤੁਹਾਡਾ ਸਵਾਗਤ ਹੈ। ਤੇ ਅੱਜ ਦਾ ਵਲੌਗ ਜਿਹੜਾ ਆ ਆ ਕੇ ਦੁਕਾਨ ਤੇ ਸਟਾਰਟ ਕੀਤਾ। ਫਿਲਹਾਲ ਮੈਂ ਦੁਕਾਨ ਤੇ ਆ ਗਿਆ ਵਾਂ, ਸਫਾਈ ਸਫਾਈ ਕਰਕੇ ਤੇ ਦੁਕਾਨ ਤੇ ਲੱਗਾ ਵਾਂ ਬੈਠਣ। ਮੈਂ ਚਲੋ ਵਲੌਗ ਅੱਜ ਦੁਕਾਨ ਤੇ ਹੀ ਸਟਾਰਟ ਕਰਦੇ ਹਾਂ। ਜਨਾ ਇੱਕ ਬੜੀ ਖਾਸ ਚੀਜ਼ ਦਿਖਾਈਏ ਤੇ ਇੱਧਰ ਵੇਖ ਲਓ ਜੀ, ਜੈਕੀ ਇਹ ਹੈਗਾ ਜੀ ਆਪਣਾ ਜੈਕੀ। ਖਾਣਾ ਖੁਣਾ ਇਹਨੇ ਖਾ ਲਿਆ ਆ, ਥਾਲੀ ਮੂਦੀ ਮਾਰਤੀ ਹੈ ਤੇ ਅੰਦਰ ਬੋਰੀਆਂ ਪਈਆਂ ਹੁੰਦੀਆਂ। ਤੇ ਆ ਵੇਖੋ ਜਦੋਂ ਇਹਨੇ ਬਾਹਰ ਬਹਿਣਾ ਨਾ ਧੁੱਪੇ, ਜਾਂ ਬਾਹਰ ਬਹਿਣਾ ਆ ਥਾਲੇ ਠੰਡਾ ਥਾਂ ਹੁੰਦਾ ਆ, ਆਪਣੀਆਂ ਬੋਰੀਆਂ ਆਪੇ ਹੀ ਬਾਹਰ ਕੱਢ ਲੈਂਦਾ, ਕਿੱਡਾ ਸਿਆਣਾ ਆ। ਆਹ ਵੇਖੋ ਖੇਡਣ ਡਿਆ ਤੇ ਆਪਣੀਆਂ ਬੋਰੀਆਂ ਨੇ ਬਾਹਰ ਕੱਢ ਲਈਆਂ ਤੇ ਬੋਰੀਆਂ ਦੇ ਉੱਤੇ ਬੈਠਾ ਦਾ ਸੀ ਤੇ ਮੈਂ ਆਇਆ ਵਾਂ ਤੇ ਇੱਧਰ ਆ ਗਿਆ, ਪਰ ਮੈਂ ਤੁਹਾਨੂੰ ਵਿਖਾ ਨਹੀਂ ਪਾਇਆ ਕਿ ਇਹਦੇ ਨਾਲ ਆਪਾਂ ਇੱਥੇ ਸਵੇਰੇ ਕੈਮਰਾ ਲਾ ਦੇਣਾ ਆ ਤਾਂ ਕਿ ਇਹਦੀਆਂ ਬੋਰੀਆਂ ਕੱਢਦੀਆਂ ਦੀ ਵੀ ਵੀਡੀਓ ਆ ਜਾਏ। ਤੇ ਆਹ ਵੇਖ ਲਓ ਬੋਰੀ ਕਾਹ ਪਈ ਇਹਦੀ, ਬੋਰੀਆਂ ਦੇ ਉੱਤੇ ਬਹਿ ਜਾਂਦਾ ਆ। ਤੇ ਹੁਣ ਮੈਨੂੰ ਨਾ ਚੰਬੜ ਤੋਂ ਪਿੱਛੇ ਜਾ, ਕੱਪੜੇ ਲਪੇਟਦੇ ਮੇਰੇ। ਤੇ ਇਹਦੀ ਥਾਲੀ ਵੀ ਚੁੱਕ ਹੀ ਲੈਂਦੇ ਹਾਂ, ਥਾਲੀ ਚੁੱਕ ਲਈ, ਪਿੱਛੇ ਜਾ ਪਿੱਛੇ ਜਾ, ਥਾਲੀ ਚੁੱਕ ਲਈਏ ਕਿਉਂਕਿ ਥਾਲੀ ਦੇ ਵਿੱਚ ਫਿਰ ਇਹਨੂੰ ਰੋਟੀ ਪਾਣੀ ਹੁੰਦੀ ਹੈ, ਧੋ ਧਾ ਦਿੰਦੇ ਹਾਂ। ਇਹ ਆ ਜੀ ਆਪਣਾ ਨੂਰ ਬੋਸ, ਹੈ ਨਾ ਨੂਰ, ਭੁੱਖ ਨਹੀਂ ਲੱਗੀ ਪੁੱਤ? ਇਹ ਆ ਜੀ ਆਪਣੇ ਪਰਮਜੀਤ ਪੰਮ ਦਾ, ਤੇ ਇਹ ਰੋਜ਼ ਸਾਡੇ ਜੈਣਾ ਖੇਡਣ ਵਾਸਤੇ ਆ ਜਾਂਦਾ ਆ, ਠੀਕ ਆ। ਤੇ ਕੀ ਅੱਜ ਭੁੱਖ ਨਹੀਂ ਲੱਗੀ ਪੁੱਤ? ਮੰਮਾ ਕਹਿੰਦੀ ਦੁੱਧ ਪੀ ਲਓ। ਹੈਂ, ਡੈਪਰ ਲਾਇਆ ਜੀ, ਡੈਪਰ ਲਾਇਆ, ਸਰਮਾ ਗਿਆ, ਮੈਂ ਡੈਪਰ ਲਾਇਆ ਸਰਮਾ ਗਿਆ ਜੀ। ਦੁੱਧ ਪੀ ਲਓ ਪੁੱਤ, ਦੁੱਧ ਪੀ ਲਓ, ਮੰਮਾ ਕੋਲ ਜਾ ਕੇ ਦੁੱਧ ਪੀ ਲਓ, ਫਿਰ ਆ ਜੀ, ਜਾ ਜਾ ਦੁੱਧ ਪੀ ਲਓ, ਭੱਜ ਗਿਆ ਹੋਵੇ। ਤੇ ਦੋਸਤੋ ਅੱਜ ਪਾਈ ਹੋਈ ਹੈ ਜੀ ਮਿੱਤਰਾਂ ਨੇ ਜੈਲੋ ਟੀ ਸ਼ਰਟ, ਅਤੇ ਜੈਲੋ ਟੀ ਸ਼ਰਟ ਤੁਹਾਨੂੰ ਕਿੱਦਾਂ ਦੀ ਲੱਗਣ ਦੀ ਦੱਸਿਓ ਯਾਰਾ ਕਮੈਂਟ ਕਰਕੇ। ਅਤੇ ਮੇਰੇ ਵਰਗੇ ਕਈ ਬੰਦਿਆਂ ਨੇ ਇਹ ਕਹਿਣਾ ਹੈ ਵੀ ਜਿੱਦਾਂ ਸਰੋਂ 'ਚ ਭੌਰ ਛੱਡਿਆ ਹੁੰਦਾ। ਕਹਿ ਲਓ ਕਹਿ ਲਓ, ਕੋਈ ਗੱਲ ਨਹੀਂ, ਆਪਾਂ ਨੂੰ ਕੋਈ ਟੈਨਸ਼ਨ ਨਹੀਂ ਬਣਦੀ ਬਾਈ, ਮੌਜਾਂ ਕਰਨੀ ਚਾਹੀਦੀ ਹੈ ਜਿਹਨੂੰ ਜੋ ਲੱਗਦਾ, ਜੋ ਮਰਜ਼ੀ ਕਹੀ ਜਾਏ, ਠੀਕ ਹੈ ਨਾ। ਆਪਾਂ ਪਾਈਏ ਤਾਂ ਪਾਈਏ ਜੈਲੋ, ਅਸਲ 'ਚ ਜੈਲੋ ਕਲਰ ਹੈ ਜਿਹੜਾ ਉਹ ਮੇਰਾ ਫੇਵਰੇਟ ਹੈਗਾ। ਕੁਝ ਚਿਰ ਪਹਿਲਾਂ ਮੈਂ ਨਾ ਜੈਲੋ ਫੋਨ ਰੱਖਿਆ ਹੁੰਦਾ ਸੀ ਨੋਕੀਆ ਦਾ, ਉਹ ਘੱਟੋ ਘੱਟ 5 ਤੋਂ 6 ਸਾਲ ਮੇਰੇ ਕੋਲ ਰਿਹਾ ਸੀ। ਅਤੇ ਉਸ ਤੋਂ ਬਾਅਦ ਕੀ ਲੋਕਾਂ ਨੇ ਮੈਨੂੰ ਕਹਿਣਾ ਸ਼ੁਰੂ ਕਰਤਾ, ਯਾਰ ਜੈਲੋ ਫੋਨ ਰੱਖਿਆ ਤੂੰ, ਜੈਲੋ ਫੋਨ ਰੱਖਿਆ, ਫੋਨ ਚੇਂਜ ਕਰਦੇ, ਇੰਨਾ ਚਿਰ ਹੋ ਗਿਆ ਤੂੰ ਫੋਨ ਨਹੀਂ ਚੇਂਜ ਕੀਤਾ। ਅਤੇ ਫਿਰ ਮੈਂ ਉਹ ਫੋਨ ਜਿਹੜਾ ਨਾ ਆਪਣੀ ਸਾਲੀ ਸਾਹਿਬਾਂ ਨੂੰ ਦੇ ਦਿੱਤਾ, ਉਹਦਾ ਫੋਨ ਖਰਾਬ ਹੋ ਗਿਆ ਤਾਂ ਉਹਨੂੰ ਦੇ ਦਿੱਤਾ। ਅਤੇ ਕੀ ਦੱਸੀਏ, ਫੋਨ ਦੀ ਬਹੁਤ ਮੱਤ ਮਾਰੀ ਸਾਲੀ ਸਾਹਿਬਾਂ ਨੇ, ਇੰਨਾ ਜ਼ਿਆਦਾ ਸੁੱਟ ਸੁੱਟ ਕੇ ਉਹਦਾ ਟੰਡਰ ਬੰਜਰ ਢਿੱਲੇ ਕੀਤੇ, ਹੈ ਨਾ, ਕੁਛ ਪੁੱਛੋ ਹੀ ਕੁਝ ਨਾ। ਮੈਂ ਘੱਟੋ ਘੱਟ 5 ਸਾਲ 6 ਸਾਲ ਵਰਤਿਆ, ਉਹਨਾਂ ਨੇ 6 ਮਹੀਨੇ ਦੇ ਵਿੱਚ ਹੀ ਕੰਡਮ ਕਰਕੇ ਰੱਖ ਦਿੱਤਾ। ਅਤੇ ਅੱਜ ਕੱਲ੍ਹ ਜਿਹੜਾ ਆ ਟੀ ਸ਼ਰਟ ਪਾਈ ਹੈ ਜੈਲੋ, ਅਤੇ ਹੁਣ ਬਸ ਮੈਂ ਨਾ ਸਵੇਰੇ ਪਾਲੀ ਸੀ, ਨਹਾਤਾ ਨਹੀਂ ਸੀ, ਅੱਜ ਹੈ ਵੀ ਸੰਡੇ ਆ ਅਤੇ ਤਰੀਕ ਹੈਗੀ ਅੱਜ ਮੇਰੇ ਖਿਆਲ ਨਾਲ 6, ਅਤੇ ਨਹਾਉਣ ਆਇਆ ਸੀ ਮੈਂ, ਹਾਂ ਚੱਲ ਨਹਾ ਲੈਂਦੇ ਹਾਂ। ਅਤੇ ਗੀਜ਼ਰ ਲਾਇਆ ਆ, ਜਿੰਨੇ ਅਗਰ ਮੈਂ ਗੀਜ਼ਰ ਗਰਮ ਹੁੰਦਾ ਆ, ਉਹਨੇ ਪਾਣੀ ਗਰਮ ਹੁੰਦਾ ਆ, ਉਹਨੇ ਅਗਰ ਆਪਾਂ ਤੁਹਾਡੇ ਨਾਲ ਗੱਪ ਸੱਪ ਮਾਰ ਲੈਂਦੇ ਹਾਂ। ਅਤੇ ਠੀਕ ਹੈ ਦੋਸਤੋ, ਤੁਸੀਂ ਵੇਟ ਕਰੋ, ਮੈਂ ਨਹਾ ਕੇ ਆਉਂਦਾ। ਲਓ ਜੀ ਮਿੱਤਰੋ, ਆਪਾਂ ਨਹਾ ਧੋ ਕੇ ਆ ਗਏ ਹਾਂ ਜੀ, ਅਤੇ ਨਹਾ ਲਿਆ ਆ, ਕਾਫੀ ਵਧੀਆ ਮਜ਼ਾ ਆਇਆ, ਕਿਉਂਕਿ ਅੱਗੇ ਜਿਹੜਾ ਸੀ ਨਹਾਈਦਾ ਸੀ ਸਵੇਰੇ ਸਵੇਰੇ ਗੀਜ਼ਰ ਲਾ ਕੇ ਨਹਾਈਦਾ, ਗਰਮ ਪਾਣੀ ਨਹਾਲੀਏ, ਅਤੇ ਸਵੇਰੇ ਸਵੇਰੇ ਨਹਾਲੀਦਾ ਸੀ, ਅੱਜ ਸਵੇਰੇ ਨਹੀਂ ਨਹਾਤੇ, ਅਤੇ ਮੈਂ ਕਿਹਾ ਚਲੋ ਹੁਣ ਨਹਾ ਲੈਂਦੇ ਹਾਂ। ਅਤੇ ਹੁਣੇ ਫਿਰ ਮੈਂ ਨਹਾਤਾ ਹੀ ਹਾਂ, ਅਤੇ ਵਾਲ ਗਿੱਲੇ ਨੇ, ਇਹ ਕਰਕੇ ਟੋਪੀ ਨਹੀਂ ਪੈਣੀ, ਅਤੇ ਟੋਪੀ ਪਾਵਾਂਗੇ ਬਾਅਦ 'ਚ ਜੋ ਠੰਡ ਹੋ ਜਾਵੇਗੀ, ਵੈਸੇ ਵੀ ਧੁੱਪ ਜਿਹੜੀ ਹੈ ਨਿਕਲ ਆਈ ਹੈ। ਅਤੇ ਇੱਧਰ ਜਿਹੜਾ ਜੈਕੀ ਕਰਦਾ ਪਿਆ ਪੰਗੇ, ਅਤੇ ਜੈਕੀ ਨੂੰ ਕਹਿੰਦੇ ਨੇ ਪੰਗੇ, ਅਤੇ ਜਾਂ ਫਿਰ ਮੇਰਾ ਇਰਾਦਾ ਵੀ ਜੈਕੀ ਨੂੰ ਧੁੱਪੇ ਸੜ ਜਾਈਏ ਕੋਠੇ 'ਤੇ, ਪਰ ਇਹਨੇ ਕੋਠੇ 'ਤੇ ਰਹਿਣ ਦਿਉ, ਕੰਧ ਹੀ ਪਾਉਣਾ, ਅਤੇ ਇਹਨੂੰ ਰਹਿਣ ਦਿੰਦੇ ਥੱਲੇ ਹੀ, ਕਿਉਂਕਿ ਥੱਲੇ ਵੀ ਠੀਕ ਹੀ ਉੱਥੇ ਮੌਸਮ, ਅਤੇ ਬਹਿ ਜਾਂਦਾ ਉੱਥੇ। ਅਤੇ ਫਿਲਹਾਲ ਦੋਸਤੋ ਆਪਾਂ ਚੱਲਦੇ ਹਾਂ ਦੁਕਾਨ 'ਤੇ, ਅਤੇ ਵੇਖਦੇ ਹਾਂ ਕੀ ਕਰਨਾ ਅੱਗੇ। ਚਲੋ ਜੀ ਆਪਾਂ ਆ ਗਏ ਜੀ 7 ਤੇ ਧੁੱਪ ਖਿੜੀ ਪਈ ਹੈ ਪੂਰੀ ਦੀ ਪੂਰੀ, ਅਤੇ ਇੱਧਰ ਵੇਖੋ ਜੀ ਆ ਜੰਤ ਬੈਠੀ ਹੋਈ ਹੈ, ਧੁੱਪ ਸੇਕਦੀ ਪਈ ਹੈ, ਅਤੇ ਇਹ ਆ ਜੀ ਆ ਜੰਤ। ਹੈਲੋ ਹੈਲੋ ਜੈ, ਕੱਲ੍ਹ ਦੀ ਨੰਗੀ ਬਸੰਤ, ਅਤੇ ਕੀ ਕਰਦੀ ਹੈ ਜੀ ਆ ਜੰਤ? ਹੈਲੋ, ਖਾ ਲਓ ਖਾ ਲਓ ਖਾ ਲਓ, ਅਤੇ ਜੈ ਖਾਂਦਾ ਪਿਆ ਦਲੀਆ, ਅਤੇ ਜੈ ਨੂੰ ਆਪਾਂ ਦਲੀਆ ਖਾਣ ਦਿੰਦੇ ਹਾਂ, ਅਤੇ ਚੱਲਦੇ ਹਾਂ ਦੁਕਾਨ 'ਤੇ, ਕਿਉਂਕਿ ਕਾਫੀ ਟਾਈਮ ਹੋ ਗਿਆ ਜੀ ਦੁਕਾਨ ਤੋਂ ਆਏ। ਅਤੇ ਚਲੋ ਚੱਲਦੇ ਦੁਕਾਨ 'ਤੇ, ਆ ਕੇ ਮਿਲਦੇ ਆ। ਪਤੰਗਾਂ ਫਿਲਹਾਲ ਚੜ੍ਹਦੀਆਂ ਪਈਆਂ, 2-4 ਦਿਨ ਪਤੰਗਾਂ ਚੜ੍ਹਨੀਆਂ ਨੇ, ਕਿਉਂਕਿ ਕੱਲ੍ਹ ਬਸੰਤ ਨੰਗੀ ਹੈ, ਅਤੇ ਬਸੰਤ ਦੇ ਉੱਤੇ ਕੱਲ੍ਹ ਠੰਡੀਆਂ ਹਵਾਵਾਂ ਕਾਫੀ ਜ਼ਿਆਦਾ ਚੱਲ ਰਹੀਆਂ ਸੀ, ਜਿਹਦੇ ਕਰਕੇ ਕੱਲ੍ਹ ਪਤੰਗਾਂ ਇੱਧਰ ਘੱਟ ਹੀ ਚੜ੍ਹੀਆਂ ਨੇ, ਪਰ ਅੱਜ ਜਿਹੜੇ ਬੱਚੇ ਉਹ ਮਾੜਾ ਮਾੜਾ ਚੜ੍ਹਾ ਰਹੇ ਆ, ਕਰੇਜ਼ ਖਤਮ ਹੁੰਦਾ ਜਾਂਦਾ ਪਤੰਗਾਂ ਵਗੈਰਾ ਦਾ ਵੀ। ਬਸ ਇਹ ਆ ਵੀ ਕੁਝ ਕੁ ਜੀਆ ਜੰਤ ਜਿਹੜੀ ਉਹ ਚੜ੍ਹਾਉਂਦੀ ਹੈ ਪਤੰਗਾਂ, ਬਾਕੀ ਤਾਂ ਤਕਰੀਬਨ ਰੈਸਟਾਂ 'ਤੇ ਹੁੰਦੇ ਆ,
मेरे वर्गे वैसे नहीं झाकदा जी क्योंकि आपां नूं चढ़ाउणा भी नहीं आउंदी पतंग। तो ठीक है दोस्तों, दोस्तों लंच टाइम अपना हो गया, तो दो फुलके पे हुए इहो खा लैने आ। तो इधर आया जी साग, छोटे ब्रदर ते उत्थों डैडी लैके आए सी, बनया होया जी साग कल दा मम्मी होणा बनाया सी, ते साग भेजा उन्होंने सरसों दा साग ते फुलके दो खा। ते इस टाइम घर आया सी ते मैं कहा चलो आपां दो फुलके फिलहाल जिहड़े आ खा लैने आ, ते खा के चलते दुकान ते। ते पतंगा बहुत वध रहियां ने, ते ही आ गया दोबारा जी कोठे ते, सत ते आ गया। ते मौसम भी थोड़ा जिहड़ा ठीक ठाक गया, पर बदल तुसीं देखदे पए हो वी बदलवाई होई पई आ, ते मीह मां दा कोई पता नहीं फिर पै जी, क्योंकि मौसम जिहड़ा आ थोड़ा गड़बड़ ची चलन डिया काफ़ी दिनों दा। ते कल दी बसंत हो चुकी आ, मैनूं लगदा वी बसंत तों बाद जिहड़े दिन ठीक हो जांदे हुंदे आ। ते वेखो की बणदा आ, ते दो फुलके मैं खाए वा, तो होर खाने आ, मैडम लगी है पकाउन। तो चलो चलते हैं थले, फिलहाल कोठे तो बच्चे खेडन डे ही, उपरले पासे इधर चढ़ी तो मोंटी तो चढ़िया पिया ही, तो मैं तार भी भरा के डिगना पी, क्योंकि न्याणे जे साला मारते तो कंधा गिलियां होंगे, तिलक तुलक के एक बच्चा डिग पे तो कौन जो मैं आ रहा, तो बच्चे दौके दौके मारे, तो बच्चे गए भज, तो कोठिया तो चढ़दी पी पतंगा, इन्होंने आप चढ़ने दें तो अं चलते थले जाके करते हैं लंच। आ गए जी अभी किचन च, तो पहला ही फुलका लथा आ जड़ा ताज़ा फुलका आ, क्योंकि बहे आप खा ले ही दो, हम ताज़े फुलके लथते पे आ, तो दो होर खाने आ, पर आप ही बाद च खावे, पहला पा गए जैकी नूं। ये लै लीए जी आप रोटी, दोपहर के टाइम इनू एको पाई दी क्योंकि फिलहाल छोटा आ, तो बस इस वेले एक ही पानी है। फिर अज जी मलाई बड़ी कट्ठी कर दी थी, तो मलाई जो कट रहे जी मक्खन, मक्खन कटन वास्ते आप जी मिक्सी का इस्तेमाल, क्योंकि इस पाती मलाई तो हम इनू गड़ जा के मिक्सी करते ग्रैंड ग्रैंड करके तो कटते हैं मक्खन। चलो लैके चलते इन मैं, इधर बन रही चाह, तो इधर अपनी परौंठी बन गई, परौंठी चुकी तो भजिए तो लंच करिए। चलो जी दोस्तों लंच आप कर लिया, तो चाह अपनी आ गई है, तो चाह की लेने चुस्की। अज का ब्लॉग तुम्हें किवें लग गया कमेंट करके जरूर दस्यो, लाइक कर दौ वीडियो ना शेयर जरूर कर दिया करो, तो जेकर तुम ब्लॉग चंगे लगते पे हो चैनल पर पहली बार ही हो जो देखते पे हो, तो अपना चैनल सबसक्राइब जरूर कर लवो, नाल बैल का बटन दबा लो, ताकि आने वाले ब्लॉग मिल सकन तुहानू बड़े ही आराम दे नाल। ते साडे ब्लॉग इत्थे देखते रहो, साडा हौसला अफजाई करते रहो, तो आपां पी लैने शाम की चाह, तो तुसीं वी जाके पीवो चाह। तो थैंक यू वेरी मच, मिलते हैं किसी अगले ब्लॉग में।